नमस्कार दोस्तों, तुसी देख रहे हो नंगल सिटी अपडेट। नरातियां दी शुरुआत हो चुकी है ते नरातियां नूं काफी शुभ मन्या जांदा है। इन्हां दिनां दे विच जेकर गल खरीददारी दी करिए तां लोक घर दे विच खरीददारी किसे ना किसे आइटम दी शुभ मनदे हन ते इस तों नाल ही फेस्टिवल सीजन दी शुरुआत हो रही है जिस दे विच खरीददारी नूं लोक तरजीह दिंदे हन। इसे मकसद दे नाल अज असीं तुहानूं लै के आए नंगल दी अड्डा मार्केट ख्वाजा पीर रोड दे उत्ते विनोद ट्रंक हाउस दे उत्ते, जो कि बीते लंबे समय तों इलैक्ट्रॉनिक अते फर्नीचर दे विच डील कर रहे हैं ते लोकां नूं वड्डियां ऑफर्स दे नाल हर साल वह समान बेचदे हन। तस्वीरां जो तुसीं देख रहे हो कि असीं पहुंचे हुए हैं इस समय विनोद ट्रंक हाउस दे उत्ते, जिसकी लोकेशन है बाजापी रोड अड्डा मार्केट दे उत्ते। जिस तरह ही तुसीं शोरूम दे विच एंटर होवोगे, सब तो पहला तुहानूं राह दे विच फर्नीचर ते गद्दे इलैक्ट्रॉनिक का समान नज़र आएगा ते एक ही छत थले तुहानूं काफ़ी समान जिहड़ा उह मिल जाएगा। ਕਿਹੜਾ ਕਿਹੜਾ ਸਮਾਨ ਤੁਹਾਨੂੰ ਇਸ ਛੱਤ ਦੇ ਥੱਲੇ ਮਿਲੇਗਾ ਉਸ ਦੀ ਅਸੀਂ ਜਾਣਕਾਰੀ ਤੁਹਾਨੂੰ ਦੇਣ ਦੇ ਲਈ ਅੱਜ ਲੈ ਕੇ ਆਏ ਇਸ ਸ਼ੋਰੂਮ ਦੇ ਅੰਦਰ। ਸਭ ਤੋਂ ਪਹਿਲਾਂ ਚੱਲਦੇ ਇਸ ਸ਼ੋਰੂਮ ਦੇ ਅੰਦਰ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹੜੀਆਂ ਕਿਹੜੀਆਂ ਆਈਟਮਸ ਨੇ ਤੇ ਕੀ ਆਫਰ ਹੋਣਗੇ ਉਹਨਾਂ ਦੇ ਉੱਤੇ। सो दोस्तों, असी पहुंच चुके हैं विनोद ट्रंक हाउस के शोरूम के अंदर ते गलबात करने थोड़ी इन्हां दे ओनर दे नाल। सर, सब तो पहला थोड़ा वेलकम है जी। थैंक यू सो मच। सर, की नाम है अपना ते असी किस जगह ते असी इस टाइम? मेरा नाम बिनाल सीट है, मैं विनोद ट्रंक हाउस ख्वाजा पीर रोड नंगल तो बोल रहा। सारे नंगल के वासियों नूं मेरी नमस्ते, सत श्री अकाल। सर, फेस्टिवल सीजन की शुरुआत होने जा रही है, नराते शुरू हो चुके हैं, केड़ी केड़ी आइटम या किना किना आइटम तुसीं डील कर दे हो तुहानूं कस्टमर के लिए इस शोरूम के अवेलेबल हो? साड़ी को ऑलमोस्ट घर दी सारी आइटमां मिलदी हैं, जिदे विच अलमारी, गद्दे, पेटी, कूलर, अजकल जो चल रहे गीजर्स, एलईडी, फ्रिज, वॉशिंग मशीन, माइक्रोवेव्स, वह भी हरेक ब्रांड के इको छत थले मिलेंगे। इलेक्ट्रॉनिक्स भी ते फर्नीचर भी? जी बिल्कुल, इलेक्ट्रॉनिक्स भी, फर्नीचर भी, बैड, सोफा, डाइनिंग टेबल सब अवेलेबल ने। ਸਰ, ਬ੍ਰਾਂਡ ਦੀ ਗੱਲ ਕਰੀਏ, ਕਿਸੇ ਪਾਰਟਿਕੂਲਰ ਬ੍ਰਾਂਡ 'ਚ ਡੀਲ ਕਰਦੇ ਹੋ ਤੁਸੀਂ ਜਾਂ ਤੁਹਾਡੇ ਕੋਲ ਸਾਰੇ ਬ੍ਰਾਂਡਸ ਮਿਲ ਜਾਂਦੇ? ਆਲਮੋਸਟ ਆਪਣੇ ਕੋਲ ਸਾਰੇ ਬ੍ਰਾਂਡਸ ਨੇ, ਮੇਜਰਲੀ ਆਪਣੇ ਕੋਲ ਸੋਨੀ, ਸੈਮਸੰਗ, ਐਲ ਜੀ, ਆਈ ਐਫ ਬੀ, ਕੈਲਵੀਨੇਟਰ, ਬੀ ਪੀ ਐਲ। ਅਗਰ ਆਪਾਂ ਗੀਜ਼ਰਸ ਦੀ ਗੱਲ ਕਰੀਏ, ਆਪਣੇ ਕੋਲ ਮਤਲਬ ਮੇਜਰ ਬ੍ਰਾਂਡ ਰਾਕੋਲਡ, ਬਜਾਜ, ਓਰੀਐਂਟ, ਊਸ਼ਾ, ਕ੍ਰਮਟਨ ਸਾਰੇ ਅਵੇਲੇਬਲ ਨੇ। ਜੇ ਬ੍ਰਾਂਡ ਦੀ ਗਰੰਟੀ ਦੀ ਗੱਲ ਕਰੀਏ ਤਾਂ ਗਰੰਟੀ ਵਾਰੰਟੀ ਵੀ ਹੁੰਦੀ ਹੈ ਨਾ ਬ੍ਰਾਂਡਸ ਦੀ? ਸਰ ਬਿਲਕੁਲ, ਗਰੰਟੀ ਹੁੰਦੀ ਹੈ ਜੀ। ਹੁਣ ਸੈਮਸੰਗ ਦਾ ਫਰਿੱਜ ਇਕੱਲਾ ਇੱਕ ਐਸਾ ਫਰਿੱਜ ਹੈ ਜਿਹੜੀ 20 ਸਾਲ ਦੀ ਗਰੰਟੀ ਦੇ ਰਿਹਾ ਕੰਪਰੈਸ਼ਰ ਦੇ ਉੱਪਰ।
बाकी सारे ब्रांड्स 10 तो 12 साल तक दे रहे हैं, सैमसंग 20 साल की गारंटी दे रहा है कंप्रेसर्स दे ऊपर। ਕਸੀ ਤੋਂ ਨਾ ਸੈਮਸੰਗ ਪਲਾਜ਼ਾ ਵੀ ਦੇਖਿਆ ਸੀ ਜਿੱਥੇ ਸੈਮਸੰਗ ਦੇ ਸਾਰੇ ਇਕਵਿਪਮੈਂਟ ਸੀਗੇ ਪਲੱਸ ਮੋਬਾਈਲ ਵੀ ਸੀਗਾ, ਉਹਦੇ ਵਿੱਚ ਕੀ ਕੀ ਅਵੇਲੇਬਲ ਹੋਏਗਾ ਸੈਮਸੰਗ ਸਰ? ਆਪਣੇ ਕੋਲ ਸੈਮਸੰਗ ਦੇ ਕਿਊਲੈਡ, ਓਲੈਡ, ਸੈਮਸੰਗ ਦੇ ਨਿਊ ਕਿਊਲੈਡ, ਆਪਣੇ ਕੋਲ 75 ਇੰਚ ਦਾ ਟੀਵੀ, 65 ਇੰਚ ਦਾ ਟੀਵੀ, UHD ਸਾਰੇ ਅਵੇਲੇਬਲ ਨੇ। ਔਰ ਸਭ ਤੋਂ ਉੱਪਰ ਬਹੁਤ ਅਟਰੈਕਟਿਵ ਆਫਰਸ ਚੱਲਦੀਆਂ ਪਈਆਂ ਜਿਹਦੇ ਵਿੱਚ ਅਪ ਟੂ 25,000 ਤੱਕ ਕੈਸ਼ਬੈਕ ਚੱਲਦਾ ਪਿਆ, ਫ੍ਰੀ ਗਿਫਟ ਸਾਡੇ ਵੱਲੋਂ ਦਿੱਤੇ ਜਾ ਰਹੇ ਨੇ, ਪਲੱਸ ਕੰਪਨੀ ਦੀ ਫਾਈਨਾਂਸ ਦੀ ਆਫਰਸ ਬਹੁਤ ਅੱਛੀ ਚੱਲਦੀ ਪਈਆਂ ਜਿਹਦੇ ਵਿੱਚ ਤੁਸੀਂ ਬਿਨਾਂ ਕੁਛ ਦਿੱਤੇ ਵੀ ਤੁਸੀਂ ਆਪਣੀ ਐਲਈਡੀ ਲੈ ਕੇ ਜਾ ਸਕਦੇ ਹੋ। ਕਿਉਂਕਿ ਲੋਕ ਅਕਸਰ ਇਹਨਾਂ ਤੋਂ ਵੱਡੀ ਆਈਟਮ ਖਰੀਦਦੇ ਨੇ ਜਾਂ ਜ਼ਿਆਦਾ ਅਮਾਊਂਟ 'ਚ ਖਰੀਦਦੇ ਨੇ ਤਾਂ ਉਸ ਟਾਈਮ ਫਾਈਨੈਂਸ ਦੀ ਜ਼ਰੂਰਤ ਪੈਂਦੀ ਹੈ। ਸਿਰਫ ਇੱਕ ਹੀ ਕੰਪਨੀ ਦਾ ਫਾਈਨੈਂਸ ਹੈ ਜਾਂ ਹੋਰ ਵੀ ਮੋਡਸ ਜਿਹੜੇ ਅਵੇਲੇਬਲ ਨੇ? ਨਹੀਂ, ਆਪਣੇ ਕੋਲ ਸਰ ਬਜਾਜ ਫਾਈਨੈਂਸ ਹੈਗਾ, HDFC ਫਾਈਨੈਂਸ ਹੈਗਾ, ਮੇਜਰਲੀ ਜੋ ਸਾਡਾ ਮੇਨ ਪਾਰਟਨਰ ਹੈਗਾ ਉਹ ਸਾਰਾ ਬਜਾਜ ਫਾਈਨੈਂਸ ਦਾ ਹੀ ਚੱਲਦਾ ਹੈ, ਜਿਹਦੇ ਵਿੱਚ ਤੁਹਾਨੂੰ ਬਹੁਤ ਈਜ਼ੀ ਔਰ ਬਹੁਤ ਜਲਦੀ ਤੁਹਾਨੂੰ ਫਾਈਨੈਂਸ ਕਰ ਕੋਂਬੋ ਆਫਰ ਵੀ ਰੱਖੇ ਗਏ ਹਨ ਜਿਸ ਤਰ੍ਹਾਂ ਮੈਰਿਜ ਦੇ ਸੀਜ਼ਨ ਆ ਰਹੇ ਨੇ ਜਾਂ ਉਸ ਤਰ੍ਹਾਂ ਫੈਸਟੀਵਲ ਸੀਜ਼ਨ ਦਾ ਕੋਂਬੋ ਆਫਰ ਵੀ ਹੈ। ਕੋਂਬੋ ਆਫਰਸ ਮੈਰਿਜ ਦੇ ਪੈਕੇਜ ਚੱਲਦੇ ਆ ਸੈਮਸੰਗ ਦੇ, ਐਲਈਡੀ ਫ੍ਰਿਜ, ਵਾਸ਼ਿੰਗ ਮਸ਼ੀਨ ਸਿਰਫ ਆਪਾਂ 41,000 ਚ ਦੇ ਰਹੇ ਸੀਗੇ, ਪਲੱਸ ਜਿੱਦਾਂ ਹੁਣ ਐਲਈਡੀਜ਼ ਦੇ ਉੱਪਰ ਕੋਂਬੋ ਆਫਰ ਚੱਲਦੇ ਪਏ ਆ, 32 ਇੰਚ ਤੇ 40 ਇੰਚ ਦੀ ਐਲਈਡੀ ਆਪਾਂ ਸਿਰਫ 20,000 ਚ ਦੇ ਰਹੇ ਸੀਗੇ, ਇੱਦਾਂ ਹੀ ਅਗਰ 32 ਤੇ 43 ਦੀ ਗੱਲ ਕਰੀਏ ਤਾਂ ਉਹ 21,000 ਦੇ ਵਿੱਚ ਆਫਰ ਦੇ ਰਹੇ ਹਾਂ ਆਪਾਂ। ਅਗਰ ਤੁਸੀਂ ਮਤਲਬ 32 ਇੰਚ ਦੀ ਐਲਈਡੀ ਸਮਾਰਟ ਟੀਵੀ ਲੈਂਦੇ ਹੋ, ਐਂਡਰਾਇਡ ਟੀਵੀ ਲੈਂਦੇ ਹੋ, ਪਲੱਸ 25 ਲੀਟਰ ਦਾ ਗੀਜ਼ਰ ਆਪਾਂ ਸਿਰਫ 11,500 ਚ ਦੇ ਰਹੇ ਹਾਂ, ਇਹਦਾ ਬਹੁਤ ਕੋਂਬੋ ਆਫਰ ਚੱਲ ਰਹੇ ਆ ਜਿਹਦੇ ਵਿੱਚ ਚੁੱਲ੍ਹੇ ਚਿਮਨੀਆਂ ਦੇ ਹੈ, ਪਲੱਸ ਹੋਰ ਵੀ ਐਕਸਚੇਂਜ ਆਫਰਸ ਬਹੁਤ ਚੱਲਦੇ ਪਏ ਆ, ਮੈਟਰਸ ਤੇ ਐਕਸਚੇਂਜ ਆਫਰ, ਅਲਮੀਰਸ ਤੇ ਐਕਸਚੇਂਜ ਆਫਰ, ਐਲਈਡੀ ਤੇ ਐਕਸਚੇਂਜ ਆਫਰ, ਫ੍ਰਿਜ ਤੇ ਐਕਸਚੇਂਜ ਆਫਰ, ਕੋਈ ਵੀ ਪੁਰਾਣੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਲਿਆਓ ਤੁਹਾਨੂੰ ਮਿਨੀਮਮ ਟੂ ਮਿਨੀਮਮ ਮਤਲਬ 2,000 5,000 ਇੱਥੋਂ ਫ੍ਰਿਜ ਦੇ ਵਿੱਚ ਚੇਂਜ ਮਿਲੇਗੀ, ਵਾਸ਼ਿੰਗ ਮਸ਼ੀਨ ਤੇ 1,500 ਤੋਂ ਲੈ ਕੇ 3,000 ਤੱਕ ਮਸ਼ੀਨ ਦੀ ਐਕਸਚੇਂਜ ਮਿਲੇਗੀ, ਇੱਦਾਂ ਗੱਦਿਆਂ ਦੇ ਵਿੱਚ 500 ਤੋਂ ਲੈ ਕੇ 5,000 ਤੱਕ ਐਕਸਚੇਂਜ ਮਿਲੇਗੀ, ਅਲੱਗ ਅਲੱਗ ਐਕਸਚੇਂਜ ਆਫਰ ਵੀ ਚੱਲਦੇ ਪਏ ਨੇ। ਮੁੱਖ ਦੀ ਗੱਲ ਇਹ ਕਿ ਇਸ ਛੱਤ ਦੇ ਥੱਲੇ ਤੁਹਾਨੂੰ ਹਰ ਚੀਜ਼ ਮਿਲੇਗੀ ਔਰ ਹਰ ਚੀਜ਼ ਬਿਲਕੁਲ ਜੀ ਘਰ ਦੀ ਆਲਮੋਸਟ ਹਰ ਚੀਜ਼ ਮਿਲੇਗੀ ਔਰ ਹਰ ਚੀਜ਼ ਤੇ ਆਫਰ ਹੈ ਆਪਣੇ ਕੋਲ, ਹਰ ਪ੍ਰੋਡਕਟ ਤੇ ਗਿਫਟ ਨਾਲ ਮਿਲੇਗਾ, ਕੋਈ ਵੀ ਬੰਦਾ ਆਪਣੇ ਤੋਂ ਕੋਈ ਵੀ ਸਮਾਨ ਲੈ ਕੇ ਜਾਂਦਾ ਹੈ ਜੋ ਬ੍ਰਾਂਡ ਦਾ ਗਿਫਟ ਮਿਲਦਾ ਉਹ ਤਾਂ ਮਿਲੇਗਾ ਹੀ ਮਿਲੇਗਾ, ਉਹ ਮੈਨੂੰ ਮਿਲ ਕੇ ਸਾਡੇ ਕੋਲ ਆਪਣੇ ਗਿਫਟ ਰੈਡੀ ਪਏ ਨੇ ਮੇਰੇ ਤੋਂ ਗਿਫਟ ਨਾਲ ਜ਼ਰੂਰ ਲੈ ਕੇ ਜਾਏਗਾ। ਯਾਨੀ ਇਹ ਗਿਫਟ ਜਿਹੜੇ ਨੇ ਸਾਰੇ ਉਹ ਕਸਟਮਰ ਦੇ ਲਈ ਨੇ? ਬਿਲਕੁਲ ਬਿਲਕੁਲ, ਅਡੀਸ਼ਨਲ ਗਿਫਟ ਹੋਏਗਾ ਜਾਂ ਇਹ ਇਨਕਲੂਡ ਹੈ ਪਹਿਲਾਂ ਹੀ? ਨਹੀਂ ਨਹੀਂ ਸਰ, ਜੋ ਕੰਪਨੀ ਦਾ ਗਿਫਟ ਕੰਪਨੀ ਵੱਲੋਂ ਆ ਰਿਹਾ ਉਹ ਤਾਂ ਮਿਲੇਗਾ ਹੀ ਮਿਲੇਗਾ, ਇਹ ਅਡੀਸ਼ਨਲ ਗਿਫਟ ਹੈ। ਸਾਡੀ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਆਪਾਂ ਉਹਨੂੰ ਗਿਫਟ ਦੇਵਾਂਗੇ, ਸਾਡੇ ਕੋਈ ਪ੍ਰੋਡਕਟ ਆਪ ਤੋਂ ਕੋਈ ਪਰਚੇਜ ਕਰਦਾ ਹੈ ਆਪਾਂ ਉਹਨੂੰ ਗਿਫਟ ਦੇਵਾਂਗੇ, ਸਾਡੇ ਕੁਝ ਮਤਲਬ ਕੁਝ ਵੀ ਚੀਜ਼ ਪ੍ਰਮੋਸ਼ਨ ਦੀ ਐਕਟੀਵਿਟੀ ਸਾਡੀ ਕੋਈ ਵੀ ਚੱਲਦੀ ਰਹਿੰਦੀ ਹੈ ਸਾਡੇ ਪੇਜਸ ਤੇ, ਅਗਰ ਉਹਨੂੰ ਕੋਈ ਸ਼ੇਅਰ ਕਰਦਾ ਆਪਾਂ ਉਹਨੂੰ ਵੀ ਗਿਫਟ ਦੇਵਾਂਗੇ। ਠੀਕ ਹੈ ਜੀ। ਸੋ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇਸ ਜਗ੍ਹਾ ਤੇ ਆ ਕੇ ਤੁਸੀਂ ਖਰੀਦਦਾਰੀ ਕਰੋਗੇ ਤਾਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ। ਇੱਕ ਵਾਰ ਮੈਂ ਐਡਰੈਸ ਫਿਰ ਤੋਂ ਤੁਹਾਡੇ ਨਾਲ ਕਨਫਰਮ ਕਰ ਦੇਣਾ ਹੈ ਜੀ, ਨੰਗਲ ਦੀ ਅੱਡਾ ਮਾਰਕੀਟ ਦੇ ਲਾਗੇ, ਖਵਾਜਾ ਪੀਰ ਦੇ ਕੋਲ, ਸਟੇਟ ਬੈਂਕ ਦੇ ਨਾਲ ਛੋਟੇ ਪੁਲ ਦੇ ਬਿਲਕੁਲ ਸਾਹਮਣੇ ਵਿਨੋਦ ਟਰੰਕ ਹਾਊਸ ਦਾ ਇਹ ਸ਼ੋਰੂਮ ਹੈ ਜਿੱਥੇ ਤੁਸੀਂ ਆਪਣੇ ਰੋਜ਼ਮਰਾ ਦੀ ਘਰ ਦੀ ਜ਼ਰੂਰਤ ਦਾ ਸਾਰਾ ਸਮਾਨ ਵੱਡੀਆਂ ਆਫਰਸ ਤੇ ਖਰੀਦ ਸਕਦੇ ਹੋ। ਵਿਨੋਦ ਟਰੰਕ ਹਾਊਸ ਸ਼ੋਰੂਮ ਤੋਂ ਵੱਡੀਆਂ ਆਫਰਸ ਦੇ ਨਾਲ ਸਮਾਨ ਖਰੀਦਣ ਤੋਂ ਬਾਅਦ ਇੱਕ ਗੱਲ ਤੁਸੀਂ ਬਿਲਕੁਲ ਨਹੀਂ ਭੁੱਲਣੀ, ਤੁਸੀਂ ਇਹਨਾਂ ਦੇ ਓਨਰ ਵਿਨਾਲ ਜੀ ਨੂੰ ਜ਼ਰੂਰ ਮਿਲ ਕੇ ਜਾਣਾ ਤੇ ਆਪਣਾ ਐਡੀਸ਼ਨਲ ਗਿਫਟ ਜ਼ਰੂਰ ਲੈ ਕੇ ਜਾਣਾ। ਵਿਨਾਲ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਇਹ ਤੁਹਾਨੂੰ ਐਡੀਸ਼ਨਲ ਤੌਰ ਤੇ ਮਿਲ ਕੇ ਤੁਹਾਨੂੰ ਇੱਕ ਐਕਸਟਰਾ ਗਿਫਟ ਜ਼ਰੂਰ ਦੇਣਗੇ। ਉਹ ਸਾਡੇ ਨਾਲ ਜੁੜੇ ਸਨ ਵਿਨੋਦ ਟਰੰਕ ਹਾਊਸ ਦੇ ਓਨਰ ਵਿਨਾਲ ਸੇਠ ਜੀ, ਜਿਨ੍ਹਾਂ ਨੇ ਦੱਸਿਆ ਕਿ ਇਸ ਵਾਰ ਫੈਸਟੀਵਲ ਸੀਜ਼ਨ ਔਰ ਨਰਾਤਿਆਂ ਦੇ ਵਿੱਚ ਵੱਡੀਆਂ ਆਫਰਸ ਨੇ। ਤੋ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਸਟੋਰ ਨੂੰ ਜ਼ਰੂਰ ਵਿਜ਼ਿਟ ਕਰੋ ਤੇ ਆਪਣੇ ਘਰ ਦੇ ਵਿੱਚ ਇਹਨਾਂ ਤਿਉਹਾਰਾਂ ਦੇ ਮੌਕੇ ਖਰੀਦਦਾਰੀ ਕਰਕੇ ਜ਼ਰੂਰ ਲੈ ਕੇ ਜਾਓ।